ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਸ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ, ਤੇ ਬਹੁਤ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਬਿਗਨਰ ਲਈ। ਇਹ ਵਾਲਾ ਡਿਜ਼ਾਈਨ ਜਿਹੜਾ ਬਹੁਤ ਹੀ ਵਧੀਆ ਹੈ ਤੇ ਬਹੁਤ ਆਸਾਨ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਕਿਸੇ ਵੀ ਪ੍ਰੋਜੈਕਟ ਤੇ, ਕੋਟੀ ਤੇ, ਸਵੈਟਰ ਤੇ, ਮਫਲਰ, ਸਕਾਰਪ, ਕੈਪ ਕਿਤੇ ਵੀ ਬਣਾ ਸਕਦੇ ਜੇ। ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਦੋ ਦੋ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਕੁੰਡੇ ਪਾਉਣੇ ਨੇ। ਦੋ ਦੋ ਦੇ ਹਿਸਾਬ ਨਾਲ ਕੁੰਡੇ ਪਾ ਕੇ ਤੇ ਤੁਸੀਂ ਆਪਣਾ ਡਿਜ਼ਾਈਨ ਜਿਹੜਾ ਸਿੱਧੀ ਸਾਈਡ ਤੋਂ ਸ਼ੁਰੂ ਕਰ ਸਕਦੇ। ਜੇ ਕੋਈ ਵੀ ਬਾਰਡਰ ਬਣਾ ਕੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਉਲਟੀ ਸਿਲਾਈ ਜਿਹੜੀ ਆ ਪੂਰੀ ਉਲਟੀ ਉਲਟੀ ਬਣੇਗੀ। ਬਹੁਤ ਹੀ ਸੌਖਾ ਡਿਜ਼ਾਈਨ ਆ। ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ, ਜੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਜੇ, ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਕੇ ਦੱਸਣਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਆ ਤੇ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖਦੇ ਹੋ। ਹੁਣ ਆਪਾਂ ਡਿਜ਼ਾਈਨ ਜਿਹੜਾ ਸਿੱਧੀ ਸਾਈਡ ਤੋਂ ਬਣਾਉਣਾ ਸ਼ੁਰੂ ਕਰਾਂਗੇ। ਪਹਿਲਾਂ ਕੁੰਡਾ ਉਤਾਰ ਲੈਣਾ ਹੈ, ਫਿਰ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਹੈ, ਦੋ ਕੁੰਡੇ ਉਲਟੇ ਬਣਾ ਲੈਣੇ, ਇੱਕ ਤੇ ਦੋ। ਦੋ ਕੁੰਡੇ ਉਲਟੇ ਬਣਾ ਲਿਆ, ਹੁਣ ਇਹਨਾਂ ਦੋ ਕੁੰਡਿਆਂ ਨੂੰ ਫਿਰ ਇੱਧਰ ਵਾਲੀ ਸਿਲਾਈ ਤੇ ਕਰ ਲੈਣਾ, ਫਿਰ ਧਾਗਾ ਆਪਣਾ ਪਿਛਲੇ ਪਾਸੇ ਲੈ ਜਾਣਾ ਵਾ ਤੇ ਫਿਰ ਇਹ ਦੋ ਕੁੰਡਿਆਂ ਨੂੰ ਇੱਧਰ ਵਾਲੀ ਸਿਲਾਈ ਤੇ ਸ਼ਿਫਟ ਕਰ ਲੈਣਾ। ਧਾਗਾ ਅੱਗੇ ਲਿਆਵਾਂਗੇ, ਫਿਰ ਦੋ ਕੁੰਡੇ ਉਲਟੇ ਬਣਾਵਾਂਗੇ। ਫਿਰ ਵੇਖੋ ਇਹ ਕੁੰਡਿਆਂ ਨੂੰ ਆਪਾਂ ਇੱਧਰ ਵਾਲੀ ਸਿਲਾਈ ਤੇ ਪਾ ਲੈਣਾ, ਧਾਗਾ ਪਿੱਛੇ ਲੈ ਜਾਣਾ ਤੇ ਫਿਰ ਦੋ ਕੁੰਡਿਆਂ ਨੂੰ ਆਪਾਂ ਇੱਧਰ ਵਾਲੀ ਸਿਲਾਈ ਤੇ ਪਾ ਲੈਣਾ। ਇੱਕ ਤਰੀਕਾ ਇਹ ਹੈ, ਦੂਸਰਾ ਤਰੀਕਾ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਜੇ, ਇਹ ਆਪਣੀ ਉੱਨ ਨੂੰ ਡਬਲ ਕਰਨਾ ਆ ਤੇ ਇਹਨੂੰ ਡਬਲ ਕਰਕੇ ਆਪਾਂ ਜਿਹੜਾ ਇਹ ਧਾਗਾ ਨਹੀਂ ਖਿੱਚਿਆ ਜਾ ਰਿਹਾ, ਇਹ ਵੇਖੋ ਇੱਕ ਧਾਗਾ ਖਿੱਚਿਆ ਜਾਂਦਾ, ਇੱਕ ਧਾਗਾ ਨਹੀਂ ਖਿੱਚਿਆ ਜਾਂਦਾ, ਇਹਦੇ ਨਾਲ ਆਪਾਂ ਦੋ ਕੁੰਡਿਆਂ ਨੂੰ ਉਲਟੇ ਬਣਾ ਲੈਣਾ ਵਾ। ਫਿਰ ਇਹ ਜਿਹੜਾ ਧਾਗਾ ਆ ਇਹਨੂੰ ਆਪਾਂ ਪਿਛਲੇ ਪਾਸਿਓਂ ਖਿੱਚ ਦੇਣਾ। ਫਿਰ ਵੇਖੋ ਕਿਸ ਤਰ੍ਹਾਂ ਕਰਾਂਗੇ, ਇਸ ਤਰ੍ਹਾਂ ਦੋ ਧਾਗੇ ਅੱਗੇ ਲੈ ਆਉਣੇ ਆ, ਜਿਹੜਾ ਧਾਗਾ ਨਹੀਂ ਖਿੱਚਿਆ ਜਾਂਦਾ ਉਹਦੇ ਨਾਲ ਆਪਾਂ ਦੋ ਕੁੰਡਿਆਂ ਨੂੰ ਉਲਟੇ ਬਣਾਉਣਾ ਤੇ ਇਹ ਵਾਲਾ ਧਾਗਾ ਜਿਹੜਾ ਬੈਕ ਸਾਈਡ ਤੇ ਫਿਰ ਖਿੱਚ ਦੇਣਾ। ਫਿਰ ਵੇਖੋ ਡਬਲ ਕਰਕੇ ਧਾਗਾ ਅੱਗੇ ਲਿਆਉਣਾ ਆ, ਜਿਹੜੀ ਸਾਈਡ ਆ ਖਿੱਚੀ ਜਾ ਰਹੀ ਆ ਤੇ ਆ ਸਾਈਡ ਜਿਹੜੀ ਇੱਕ ਨਹੀਂ ਖਿੱਚੀ ਜਾ ਰਹੀ। ਜਿਹੜਾ ਨਹੀਂ ਖਿੱਚਿਆ ਜਾਂਦਾ ਉਹਦੇ ਨਾਲ ਆਪਾਂ ਦੋ ਕੁੰਡੇ ਉਲਟੇ ਬੁਣ ਲੈਣੇ ਆ, ਫਿਰ ਇਹਨੂੰ ਪਿੱਛੇ ਖਿੱਚ ਦੇਣਾ ਇਸ ਤਰ੍ਹਾਂ ਕਰਕੇ। ਫਿਰ ਵੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਆ, ਛੋਟਾ ਛੋਟਾ ਡਿਜ਼ਾਈਨ ਆ ਤੇ ਬਹੁਤ ਹੀ ਸੋਹਣਾ ਬਣਦਾ ਆ। ਫਿਰ ਆਪਾਂ ਇਹਨੂੰ ਖਿੱਚ ਦੇਣਾ। ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ। ਪਹਿਲੀ ਸਿਲਾਈ ਬਣ ਗਈ, ਚਾਰ ਸਿਲਾਈਆਂ ਦਾ ਟੋਟਲ ਡਿਜ਼ਾਈਨ ਆ। ਉਲਟੀ ਸਿਲਾਈ ਜਿਹੜੀ ਦੂਸਰੀ ਸਿਲਾਈ ਆ ਆਪਾਂ ਪੂਰੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰ ਲਵਾਂਗੇ। ਦੋ ਤਰੀਕੇ ਤੁਹਾਨੂੰ ਦੱਸੇ ਨੇ, ਤੁਸੀਂ ਦੋਨੋਂ ਤਰੀਕਿਆਂ ਦੇ ਨਾਲ ਹੀ ਇਸ ਨੂੰ ਬਣਾ ਸਕਦੇ ਜੀ ਤੇ ਬਹੁਤ ਸੌਖੇ ਤਰੀਕੇ ਦੇ ਨਾਲ ਡਿਜ਼ਾਈਨ ਜਿਹੜਾ ਬਣ ਕੇ ਤੇ ਰੈਡੀ ਹੋ ਜਾਏਗਾ। ਦੋ ਹੀ ਕੁੰਡਿਆਂ ਦਾ ਡਿਜ਼ਾਈਨ ਆ, ਦੋ ਦੋ ਦੇ ਹਿਸਾਬ ਨਾਲ ਤੁਸੀਂ ਕੁੰਡੇ ਪਾ ਲਓ ਜਿੰਨੇ ਚਾਹੋ ਆਪਣੇ ਪ੍ਰੋਜੈਕਟ ਦੇ ਕੁੰਡੇ ਜਿਹੜੇ ਦੋ ਦੋ ਦੇ ਹਿਸਾਬ ਨਾਲ ਪਾ ਕੇ ਤੇ ਤੁਸੀਂ ਡਿਜ਼ਾਈਨ ਸ਼ੁਰੂ ਕਰ ਸਕਦੇ। ਇਹ ਸਾਡੀ ਦੋ ਸਿਲਾਈਆਂ ਬਣ ਗਈਆਂ, ਹੁਣ ਆ ਗਈਆਂ ਤੀਸਰੀ ਸਿਲਾਈ ਤੇ। ਤੀਸਰੀ ਸਿਲਾਈ 'ਚ ਵੇਖੋ ਕਿਸ ਤਰ੍ਹਾਂ ਕਰਾਂਗੇ, ਪਹਿਲਾਂ ਇੱਕ ਕੁੰਡਾ ਬਣਾ ਲਿਆ ਆ, ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ। ਹੁਣ ਅੱਗੇ ਜਿਹੜੇ ਦੋ ਕੁੰਡੇ ਇਹਨਾਂ 'ਤੇ ਆਪਾਂ ਡਿਜ਼ਾਈਨ ਬਣਾਉਣਾ ਹੈ। ਇਹ ਵੇਖੋ ਇੱਕ ਅਤੇ ਦੋ, ਧਾਗਾ ਖਿੱਚਤਾ, ਫਿਰ ਅਗਲੇ ਦੋ ਕੁੰਡਿਆਂ 'ਤੇ ਬਣਾਵਾਂਗੇ, ਇੱਕ ਅਤੇ ਦੋ, ਫਿਰ ਧਾਗਾ ਪਿੱਛੇ ਖਿੱਚਤਾ, ਫਿਰ ਅਗਲੇ ਦੋ ਕੁੰਡਿਆਂ 'ਤੇ। ਇੱਕ ਕੁੰਡਾ ਪਹਿਲਾਂ ਆਪਾਂ ਇੱਧਰ ਛੱਡ ਦੇਣਾ ਹੈ, ਫਿਰ ਉਸ ਤੋਂ ਬਾਅਦ ਡਿਜ਼ਾਈਨ ਸ਼ੁਰੂ ਕਰਾਂਗੇ। ਫਿਰ ਵੇਖੋ ਇਸ ਤਰ੍ਹਾਂ ਕਰਕੇ
ਲਾਸਟ 'ਤੇ ਇੱਕ ਕੁੰਡਾ ਫੇਰ ਸਾਡਾ ਐਕਸਟਰਾ ਬਚ ਜਾਣਾ ਅਤੇ ਲਾਸਟ ਵਾਲਾ ਕੁੰਡਾ ਵੀ ਸਿੱਧਾ ਬਣਾ ਦੇਣਾ। ਇਸ ਤਰ੍ਹਾਂ ਕਰਕੇ ਇਹੀ ਚਾਰ ਸਿਲਾਈਆਂ ਅਸੀਂ ਰਿਪੀਟ ਕਰਨੀਆਂ ਹੈ। ਉਲਟੀ ਸਿਲਾਈ ਜਿਹੜੀ ਆ ਉਹਨੂੰ ਆਪਾਂ ਫੇਰ ਉਲਟੀ ਉਲਟੀ ਬਣਾ ਲੈਣਾ। ਉਲਟੀ ਸਿਲਾਈ ਪੂਰੀ ਉਲਟੀ ਉਲਟੀ ਬਣਨੀ ਆ। ਉਲਟੀ ਸਿਲਾਈ ਦੇ ਵਿੱਚ ਕੋਈ ਵੀ ਡਿਜ਼ਾਈਨ ਨਹੀਂ ਬਣੇਗਾ। ਪੂਰੀ ਸਿਲਾਈ ਆਪਾਂ ਉਲਟੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਆ। ਇਹੀ ਚਾਰ ਸਿਲਾਈਆਂ ਅਸੀਂ ਬਾਰ ਬਾਰ ਰਿਪੀਟ ਕਰਦੇ ਜਾਣਾ ਅਤੇ ਛੋਟਾ ਛੋਟਾ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੁੰਦਾ ਜਾਣਾ। ਜਦੋਂ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤਾਂ ਇਸ ਤਰ੍ਹਾਂ ਬਣੇਗਾ। ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।